ਹਾਂਜੀ, ਸਤਿ ਸ਼੍ਰੀ ਅਕਾਲ ਦੋਸਤੋ, ਤੁਹਾਡਾ ਸਵਾਗਤ ਹੈ ਜੀ ਸਾਡੇ YouTube ਚੈਨਲ ਹਰੀਕਾ ਜੋਬ ਅਲਰਟ ਤੇ। ਦੋਸਤੋ, ਜੇਕਰ ਤੁਸੀਂ ਚੈਨਲ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ, ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਬੈਲ ਆਈਕਨ ਦਬਾ ਲਓ ਹਰ ਨਵੀਂ ਅਪਡੇਟ ਦੇ ਲਈ। ਦੋਸਤੋ, ਪੰਜਾਬ ਪੁਲਿਸ ਵੱਲੋਂ ਨਵੀਂ ਅਪਡੇਟ ਨਿਕਲ ਕੇ ਆਈ ਆ। ਪੰਜਾਬ ਪੁਲਿਸ ਵੱਲੋਂ ਕਾਂਸਟੇਬਲ ਭਰਤੀ 2023, ਠੀਕ ਹੈ, ਕਾਂਸਟੇਬਲ ਭਰਤੀ 2023, ਜਿਹਦੇ ਵਿੱਚ ਡਿਸਟ੍ਰਿਕਟਰ ਦੀ ਇਹ ਭਰਤੀ ਸੀਗੀ। ਡਿਸਟ੍ਰਿਕਟਰ ਦੇ ਵਿੱਚ ਸਿਰਫ ਇਹ ਕਾਂਸਟੇਬਲ ਰੱਖੇ ਜਾਣੇ ਆ। ਤੇ ਦੋਸਤੋ, 1746 ਕਾਂਸਟੇਬਲ ਵਿੱਚ ਰੱਖੇ ਜਾਣੇ ਸੀਗੇ ਤੇ ਇਹਦਾ ਰਿਜ਼ਲਟ ਆ ਚੁੱਕਿਆ ਦੋਸਤੋ, ਫਾਈਨਲ ਰਿਜ਼ਲਟ ਜਾਰੀ ਹੋ ਚੁੱਕਿਆ, ਜਿਹਦੇ ਵਿੱਚ ਦੋਸਤੋ ਜਨਰਲ ਕੈਟਾਗਰੀ ਦੀ ਜੇ ਆਪਾਂ ਕੱਟ ਆਫ ਦੀ ਗੱਲ ਕਰੀਏ, ਓਪਨ ਦੀ, ਅਨਰਿਜ਼ਰਵਡ ਦੀ, ਤਾਂ ਬੋਇਜ਼ ਦੀ ਜਿਹੜੀ ਓਵਰਆਲ ਕੱਟ ਆਫ ਜਿਹੜੀ ਗਈ ਆ ਉਹ 76.97 ਗਈ ਆ। ਮਤਲਬ ਕਿ ਜਿਹਦੇ 76.97 ਨੰਬਰ ਆ ਜਾਂ ਤੋਂ ਵੱਧ ਹੈ ਉਹ ਕੈਂਡੀਡੇਟ ਜਨਰਲ ਕੈਟਾਗਰੀ 'ਚ ਸਿਲੈਕਟ ਹੋਇਆ। ਅਤੇ ਜੇ ਗਰਲਸ ਦੀ ਗੱਲ ਕਰੀਏ, ਵੁਮਨ ਦੀ ਗੱਲ ਕਰੀਏ, ਓਪਨ ਕੈਟਾਗਰੀ ਜਨਰਲ ਕੈਟਾਗਰੀ, ਤਾਂ 65.70 ਕੱਟ ਆਫ ਗਈ ਹੈ ਜੀ। ਉਸ ਤੋਂ ਬਾਅਦ ਈ ਡਬਲਯੂ ਐਸ ਜੇ ਓਵਰਆਲ ਗੱਲ ਕਰੀਏ ਤਾਂ 74.93 ਹੈ ਜੀ, ਫੀਮੇਲ ਦੀ 62.10 ਹੈ ਜੀ। ਦੈਨ ਬੀ ਸੀ ਕੈਟਾਗਰੀ 'ਚ ਓਵਰਆਲ ਬੋਇਜ਼ ਦੀ 73.97 ਹੈ ਅਤੇ ਵੁਮਨ ਦੀ 60.32 ਹੈ ਜੀ। ਦੈਨ ਉਸ ਤੋਂ ਬਾਅਦ ਨੈਕਸਟ ਜੇ ਗੱਲ ਕਰੀਏ ਬੀ ਸੀ ਤੋਂ ਬਾਅਦ ਐਸ ਸੀ ਕੈਟਾਗਰੀਜ਼ ਦੀ, ਤਾਂ ਸਭ ਤੋਂ ਪਹਿਲਾਂ ਐਸ ਸੀ ਐਮ ਬੀ ਦੀ ਜਿਹੜੀ ਕੱਟ ਆਫ ਗਈ ਹੈ ਜੀ ਉਹ 67.38 ਗਈ ਹੈ ਓਵਰਆਲ, ਅਤੇ ਗਰਲਸ ਦੀ 57.39 ਹੈ ਓਵਰਆਲ। ਤੋਂ ਮੇਰਾ ਭਾਵ ਹੈ ਵੀ ਬੋਇਜ਼ ਦੀ, ਠੀਕ ਹੈ, ਬੋਇਜ਼ ਗਰਲਸ ਵੈਸੇ ਦੋਨੋਂ ਹੀ ਸਿਲੈਕਟ ਹੋ ਜਾਂਦੇ ਓਵਰਆਲ 'ਚ, ਅਤੇ ਜਿਹੜੀ ਵੁਮੈਨ ਦੀ 33% ਕੋਟੇ ਦੀ ਕੱਟ ਆਫ ਹੈ ਉਹ ਅਲੱਗ ਹੈ, ਉਹ 57.39 ਹੈ। ਉਸ ਤੋਂ ਬਾਅਦ ਐਸ ਸੀ ਆਰ ਓ ਦੀ 73.17 ਓਵਰਆਲ ਕੱਟ ਆਫ ਹੈ ਜੀ, ਅਤੇ ਗਰਲਸ ਦੀ ਵੁਮੈਨਸ ਦੀ 59.75 ਹੈ ਜੀ। ਇਹ ਨੋਰਮਲਾਈਜ਼ਡ ਮਾਰਕਸ ਨੇ, ਇਹ ਵੀ ਤੁਸੀਂ ਧਿਆਨ ਰੱਖਣਾ। ਅਤੇ ਉਸ ਤੋਂ ਬਾਅਦ ਜੀ ਨੈਕਸਟ ਜਿਹੜੀ ਕੈਟਾਗਰੀ ਆ ਜਾਂਦੀ ਜੀ ਐਕਸ ਸਰਵਿਸਮੈਨ ਕੈਟਾਗਰੀ, ਇਹਦੇ 'ਚ ਫੀਮੇਲ ਅਵੇਲੇਬਲ ਨਹੀਂ ਆ, ਤਾਂ ਐਕਸ ਸਰਵਿਸਮੈਨ ਜਨਰਲ ਦੀ 59.23, ਐਕਸ ਸਰਵਿਸਮੈਨ ਬੀ ਸੀ 56.68, ਐਕਸ ਸਰਵਿਸਮੈਨ ਐਸ ਸੀ ਐਮ ਬੀ 50.83, ਐਕਸ ਸਰਵਿਸਮੈਨ ਐਸ ਸੀ ਆਰ ਓ 56.29, ਅਤੇ ਉਸ ਤੋਂ ਬਾਅਦ ਤੁਹਾਡੇ ਵਾਰਡਸ ਆਫ ਫਰੀਡਮ ਫਾਈਟਰ ਆ ਜਾਂਦੇ, ਤਾਂ ਇਹਨਾਂ ਦੀ ਬੋਇਜ਼ ਦੀ 48.07 ਅਤੇ ਵੁਮੈਨਸ ਦੀ 48.00। ਦੈਨ ਵਾਰਡਸ ਆਫ ਪੁਲਿਸ ਪਰਸਨਲ ਦੀ ਓਵਰਆਲ 40.98 ਅਤੇ ਵੁਮੈਨ ਦੀ 60.34। ਤਾਂ ਇਹ ਜਿਹੜਾ ਰਿਜ਼ਲਟ ਆ ਚੁੱਕਿਆ ਕੈਟੇਗਰੀ ਵਾਈਜ਼ ਕੱਟ ਆਫ, ਮੈਂ ਤੁਹਾਨੂੰ ਦੱਸ ਦਿੱਤੀ ਆ ਕਿ ਜਿਹਦੇ ਇੰਨੇ ਮਾਰਕਸ ਆ ਜਾਂ ਇਹ ਤੋਂ ਵੱਧ ਮਾਰਕਸ ਆ ਉਹ ਕੈਂਡੀਡੇਟ ਸਿਲੈਕਟ ਹੋਇਆ ਜੀ ਈਚ ਕੈਟੇਗਰੀ। ਅਤੇ ਇਹਨਾਂ ਨੇ ਇੱਕ ਨੋਟ ਵੀ ਦਿੱਤਾ ਨੀਚੇ, ਨੋਟ ਦੇ ਵਿੱਚ ਇਹਨਾਂ ਨੇ ਲਿਖਿਆ ਕਿ ਡਾਇਰੈਕਟਰ ਸੋਸ਼ਲ ਸਿਕਿਉਰਿਟੀ ਵੁਮੈਨ ਐਂਡ ਚਾਈਲਡ ਡਿਵੈਲਪਮੈਂਟ ਪੰਜਾਬ, ਇਹਨਾਂ ਦੁਆਰਾ ਇੱਕ ਪੱਤਰ ਜਾਰੀ ਕੀਤਾ ਗਿਆ 7 ਫਰਵਰੀ 2022 ਨੂੰ। ਪੰਜਾਬ ਗੌਰਮੈਂਟ ਦਾ ਇੱਕ ਪੱਤਰ ਹੈ ਉਹ, ਅਤੇ ਇੱਕ ਜੱਜਮੈਂਟ ਵੀ ਆਈ ਹੈ 12 ਜਨਵਰੀ 2023 ਨੂੰ ਮਾਣਯੋਗ ਪੰਜਾਬ ਐਂਡ ਹਰਿਆਣਾ ਹਾਈਕੋਰਟ ਵੱਲੋਂ, ਠੀਕ ਹੈ। ਇਹ ਕੋਈ ਰਿਟ ਪਟੀਸ਼ਨ ਸੀ 16556 ਆਫ 2022 ਕਲਪਨਾ ਕੋਮਲ ਪੱਟੀ ਐਂਡ ਅਦਰਸ ਦੀ ਵਰਸਿਸ ਸਟੇਟ ਆਫ ਪੰਜਾਬ ਦੀ, ਤਾਂ ਉਹਦੇ ਸੰਬੰਧ ਦੇ ਵਿੱਚ ਇਹਨਾਂ ਨੇ ਦੱਸਿਆ ਕਿ ਇਹ ਜਿਹੜਾ ਸੋਸ਼ਲ ਸਿਕਿਉਰਿਟੀ ਡਿਪਾਰਟਮੈਂਟ ਵਾਲਾ ਲੈਟਰ ਹੈ ਪਲੱਸ ਆਨਰੇਬਲ ਹਾਈਕੋਰਟ ਦੀ ਜੱਜਮੈਂਟ ਹੈ, ਤਾਂ ਇਹਨਾਂ ਦੋਨਾਂ ਦੇ ਦੋਨਾਂ ਦੀ ਕਹਿ ਸਕਦੇ ਹੋ ਤੁਸੀਂ ਇਹਨਾਂ ਦੀ ਮਦਦ ਦੇ ਨਾਲ ਜਾਂ ਫਿਰ ਇਹਨਾਂ ਦੇ ਰੈਫਰੈਂਸ ਦੇ ਨਾਲ ਜਿਹੜੀ ਵੁਮੈਨਸ ਦੀ ਰਿਜ਼ਰਵੇਸ਼ਨ ਇਹਦੇ 'ਚ ਦਿੱਤੀ ਗਈ ਆ, ਠੀਕ ਹੈ ਜੀ। ਜੋ ਵੀ ਵੁਮੈਨਸ ਦੀ ਰਿਜ਼ਰਵੇਸ਼ਨ ਆ, ਤਾਂ ਉਸ ਸਰਕਾਰੀ ਜੋ ਵੀ ਰੂਲਸ ਹੈਗੇ ਆ, ਠੀਕ ਹੈ, ਜੋ ਵੀ ਸੋਸ਼ਲ ਸਿਕਿਉਰਿਟੀ ਡਿਪਾਰਟਮੈਂਟ ਦੇ ਹੈਗੇ ਆ ਜਾਂ ਫਿਰ ਜੋ ਮਾਣਯੋਗ ਹਾਈਕੋਰਟ ਦੀ ਜੱਜਮੈਂਟ ਆ, ਉਹਨਾਂ ਦੇ ਅਕੋਰਡਿੰਗ ਹੀ ਵੁਮੈਨ ਦੀ ਰਿਜ਼ਰਵੇਸ਼ਨ ਇਹਦੇ 'ਚ ਦਿੱਤੀ ਗਈ, ਠੀਕ ਹੈ ਜੀ। ਅਤੇ ਬਹੁਤ ਬਹੁਤ ਮੁਬਾਰਕਾਂ ਜਿਹੜੇ ਵੀ ਕੈਂਡੀਡੇਟ ਸਿਲੈਕਟ ਹੋਏ ਆ। ਨਵੀਂ ਭਰਤੀ ਵੀ ਤੁਹਾਨੂੰ ਪਤਾ 2024 ਕਾਂਸਟੇਬਲ ਦੀ ਆਈ ਹੋਈ ਆ, 15 ਮਾਰਚ ਤੋਂ ਆਨਲਾਈਨ ਫਾਰਮ ਭਰਨੇ ਸ਼ੁਰੂ ਹੋ ਜਾਣੇ ਆ, ਅਤੇ ਉਦੋਂ ਤੱਕ ਤੁਸੀਂ ਵੀ ਨਵੇਂ ਕਾਂਸਟੇਬਲ ਜਿਹੜੇ ਵੀ ਪੰਜਾਬ ਪੁਲਿਸ 'ਚ ਜਾਣਾ ਚਾਹੁੰਦੇ ਆ ਜੀ, ਉਹ ਆਪਣੀ ਤਿਆਰੀ ਜ਼ਰੂਰ ਕਰੋ। ਬਹੁਤ ਵਧੀਆ ਮੌਕਾ ਸਰਕਾਰ ਦੇ ਰਹੀ ਆ, ਭਰਤੀਆਂ ਲਗਾਤਾਰ ਆ ਰਹੀਆਂ ਨੇ, ਰਿਜ਼ਲਟ ਵੀ ਆ ਰਹੇ ਨੇ,
ਠੀਕ ਹੈ, ਇਹੀ ਰਿਜ਼ਲਟ ਹੁਣ ਪੈਂਡਿੰਗ ਸੀਗਾ। ਅਤੇ ਇਸ ਰਿਜ਼ਲਟ ਦੇ ਆਉਣ ਨਾਲ ਹੁਣ ਪੰਜਾਬ ਪੁਲਿਸ ਦਾ ਕੋਈ ਵੀ ਰਿਜ਼ਲਟ ਪੈਂਡਿੰਗ ਨਹੀਂ ਹੈਗਾ, ਇਹ ਵੀ ਤੁਹਾਨੂੰ ਦੱਸ ਦਈਏ। 2021 ਦੇ ਸਾਰੇ ਰਿਜ਼ਲਟ ਆ ਚੁੱਕੇ ਆ, 2023 ਦੇ ਸਾਰੇ ਰਿਜ਼ਲਟ ਆ ਚੁੱਕੇ ਆ, ਠੀਕ ਹੈ, ਪੰਜਾਬ ਪੁਲਿਸ ਦੇ। ਤਾਂ ਪੰਜਾਬ ਪੁਲਿਸ ਵੱਲੋਂ ਜਿਹੜੇ ਕੈਂਡੀਡੇਟ ਨਿਸ਼ਚਿੰਤ ਹੋ ਚੁੱਕੇ ਆ, ਬੇਫਿਕਰ ਹੋ ਚੁੱਕੇ ਆ, ਕਿਉਂਕਿ ਹੁਣ ਉਹਨਾਂ ਦੇ ਨਤੀਜੇ ਆ ਚੁੱਕੇ ਆ। ਹੁਣ ਜਿਹੜੀ ਫਰਦਰ ਆ, ਜੋ ਵੀ ਮੈਡੀਕਲ ਆ ਜਾਂ ਫਿਰ ਪੁਲਿਸ ਵੈਰੀਫਿਕੇਸ਼ਨ ਆ, CID ਵੈਰੀਫਿਕੇਸ਼ਨ ਆ, ਉਹ ਵੈਰੀਫਿਕੇਸ਼ਨਾਂ ਹੋਣੀਆਂ ਨੇ, ਠੀਕ ਹੈ ਜੀ। ਤਾਂ ਉਹ ਚਲੋ ਡਿਪਾਰਟਮੈਂਟ ਨੇ ਆਪਣੇ ਲੈਵਲ ਤੇ ਕਰਨੀ ਆ, ਠੀਕ ਹੈ। ਉਹ ਤੁਸੀਂ ਆਪਣੇ ਸੰਬੰਧਿਤ ਤੁਹਾਡੇ ਜ਼ਿਲ੍ਹਿਆਂ ਦੇ ਵਿੱਚ ਤੁਹਾਨੂੰ ਜੋ ਵੀ ਲੈਟਰ ਵਗੈਰਾ ਆ ਜਾਣਗੇ ਉਹਦੇ ਰਿਲੇਟਡ, ਠੀਕ ਹੈ, ਜਾਂ ਤੁਹਾਨੂੰ ਡਿਪਾਰਟਮੈਂਟ ਵੱਲੋਂ ਕਾਲ, SMS ਜਾਂ ਜੋ ਵੀ ਈਮੇਲ ਵਗੈਰਾ ਆ ਜਾਏਗੀ, ਠੀਕ ਹੈ, ਉਹਦੀ ਵੇਟ ਤੁਸੀਂ ਕਰਨੀ ਹੈ ਹਲੇ। ਅਤੇ ਫਿਲਹਾਲ ਦੇ ਲਈ ਬਹੁਤ ਬਹੁਤ ਮੁਬਾਰਕਾਂ ਜਿਹੜੇ ਵੀ ਕੈਂਡੀਡੇਟ ਸਿਲੈਕਟ ਹੋਏ ਆ, ਅਤੇ ਜੇ ਤੁਸੀਂ ਵੀ ਸਿਲੈਕਟ ਹੋਏ ਇਸ ਭਰਤੀ ਦੇ ਵਿੱਚ ਤਾਂ ਨੀਚੇ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਦੱਸੋ, ਤਾਂ ਕਿ ਸਾਨੂੰ ਵੀ ਜਿਹੜਾ ਪਤਾ ਚੱਲ ਸਕੇ ਵੀ ਜਿਹੜੇ ਕੈਂਡੀਡੇਟ ਸਾਡੇ ਨਾਲ ਜੁੜੇ ਹੋਏ ਉਹਨਾਂ ਦੇ ਵਿੱਚੋਂ ਕੋਈ ਸਿਲੈਕਸ਼ਨ ਕਿਸੇ ਦੀ ਹੋਈ ਹੈ ਜਾਂ ਨਹੀਂ ਹੋਈ। ਅਤੇ ਆਲ ਦੀ ਬੈਸਟ, ਬਾਕੀ ਅਪਡੇਟ ਸੀ ਜਾਣਾ, ਬਣੇ ਰਹੋ, ਜੁੜੇ ਰਹੋ, ਚੈਨਲ ਨੂੰ ਸਬਸਕ੍ਰਾਈਬ ਕਰੋ। ਧੰਨਵਾਦ ਦੋਸਤੋ, ਸਤਿ ਸ਼੍ਰੀ ਅਕਾਲ।